ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਨੇ ਵੱਡੇ ਵੱਡੇ ਸਟਾਰ ਜਨਤਾ ਦੇ ਵਿੱਚ ਵਿਚਰ ਰਹੇ ਨੇ ਉਹ ਵੀ ਹੱਥ ਜੋੜ ਕੇ ਉਹਨਾਂ ਬਾਰੇ ਕੀ ਕਹਾਂਗੇ ਇਹ ਜਿਹੜੇ ਹੱਥ ਜੁੜ ਰਹੇ ਨੇ ਸਿਰਫ ਚੋਣਾਂ ਵੇਲੇ ਜੁੜਦੇ ਆ ਉਸ ਤੋਂ ਬਾਅਦ ਤਾਂ ਹੱਥ ਛਡਾਏ ਜਾਂਦੇ ਨੇ ਸਾਡਾ ਲੋਕਤੰਤਰ ਇਹੋ ਜਿਹੀ ਗੱਲਾਂ ਕਰਾਂ ਤਾਂ ਕੀ ਲਊਗਾ ਕੀ ਸੇਧ ਲਊਗਾ ਕੀ ਅੱਗੇ ਲੈ ਕੇ ਜਾਣਗੇ ਨੌਜਵਾਨੀ ਨੂੰ ਤੇ ਸਾਡੇ ਦੇਸ਼ ਨੂੰ ਜਿੰਦਾ ਮਾਨਯੋਗ ਸੀਐਮ ਸਾਹਿਬ ਅੱਜ ਉਹ ਵੀ ਇੱਕ ਐਂਟਰਟੇਨਮੈਂਟ ਉਸ ਤੋਂ ਇੰਡਸਟਰੀ ਤੋਂ ਨਿਕਲ ਕੇ ਗਏ ਨੇ ਤਾਨੂੰ ਕੀ ਲੱਗਦਾ ਕਿ ਉਹ ਕੰਮ ਵਧੀਆ ਨਹੀਂ ਕਰ ਰਹੇ? ਅਗਰ ਤੁਸੀਂ ਨੀਵੇਂ ਦਰਜੇ ਨੂੰ ਥੱਲੇ ਰੱਖੇਗੇ ਔਰ ਉੱਚੇ ਦਰਜੇ ਲਈ ਹੀ ਸਿਰਫ ਆਪਣੇ ਜਿਹੜੇ ਨੀਤੀਆਂ ਨੇ ਉਹ ਬਣਾਉਣੀਆਂ ਨੇ ਫਿਰ ਤੁਹਾਨੂੰ ਰਾਜਨੀਤਿਕ ਨੇਦਾ ਬਣਾਉਣ ਦਾ ਕੀ ਫਾਇਦਾ ਹੋਇਆ? ਕਲਾਕਾਰ ਦਾ ਇੱਕ ਫਰਜ਼ ਹੋ ਜਾਂਦਾ ਕਲਾਕਾਰ ਸਿਰਫ ਆਪਣੇ ਲਈ ਨਹੀਂ ਹੁੰਦਾ। ਕਲਾਕਾਰ ਸਮਾਜ ਲਈ ਹੁੰਦਾ। ਅਗਰ ਉਹ ਸਮਾਜ ਦੀ ਭਲਾਈ ਲਈ ਕੁਝ ਨਹੀਂ ਲਿਖ ਰਿਹਾ, ਸਮਾਜ ਦੀ ਭਲਾਈ ਲਈ ਕੋਈ ਸਮਾਜ ਨੂੰ ਕੋਈ ਗਾਈਡੈਂਸ ਨਹੀਂ ਦੇ ਰਿਹਾ। ਫਿਰ ਉਹਨਾਂ ਕਲਾਕਾਰ ਕਹਿਣ ਦਾ ਕੋਈ ਫਾਇਦਾ ਨਹੀਂ, ਕੋਈ ਹੱਕ ਨਹੀਂ ਹੈਗਾ। ਜ਼ੋਰ ਜ਼ਬਰ ਦੇ ਨਾਲ ਜਿਹੜੀ ਚੀਜ਼ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਉਹਨੂੰ ਕਲਮ ਦੇ ਨਾਲ ਅਸੀਂ ਖਤਮ ਕਰ ਸਕਦੇ ਹਾਂ। ਸਿੱਧੂ ਮੂਸੇ ਉਹਨਾਂ ਨੂੰ ਨੌਲੇਜ ਅਸੀਂ ਅਗਰ ਤੁਸੀਂ ਸਮਾਜ ਨੂੰ ਇਸ ਤਰ੍ਹਾਂ ਦੇਵੋਗੇ ਵੀ ਚੱਕ ਲੋ ਬੰਦੂਕਾਂ ਠੀਕ ਹੈ ਚੱਕ ਲੋ ਹਥਿਆਰ ਇਹ ਮਾਰ ਦੋ ਉਹ ਮਾਰ ਦੋ ਬੰਦਾ ਤੁਹਾਡਾ ਗਾਣਾ ਸੁਣਦਾ ਹੋਇਆ ਆਪਣੀਆਂ ਦੁਸ਼ਮਣੀਆਂ ਯਾਦ ਕਰ ਰਿਹਾ ਗੀਤ ਤਾਂ ਤਕਰੀਬਨ ਤਕਰੀਬਨ ਸਾਰੇ ਨੇ ਹੀ ਹਥਿਆਰਾਂ ਦੇ ਗੀਤ ਗਾਏ ਨੇ ਬੱਬੂ ਮਾਨ ਜੀ ਨੇ ਵੀ ਗਾਏ ਨੇ ਸਿੱਧੂ ਮਸੇਵਾਲੇ ਨੇ ਵੀ ਗਾਏ ਨੇ ਕਰਨ ਔਜਲਾ ਬਈ ਨਹੀਂ ਤਕਰੀਬਨ ਤਾਂ ਬਹੁਤ ਸਾਰੇ ਯਾਨੀ 75% ਲੋਕਾਂ ਨੇ ਗਾਏ ਨੇ ਬੱਬੂ ਮਾਨ ਜੀ ਬਾਰੇ ਕੀ ਕਹੋ ਤੁਹਾਡੇ ਗਾਣੇ ਸੁਣ ਕੇ ਅਗਰ ਕਿਸੇ ਨੇ ਆਪਣੇ ਕਿਸੇ ਦਾ ਕਤਲ ਕਰਤਾ ਠੀਕ ਆ ਆਪਣੇ ਨੂੰ ਹੀ ਨੁਕਸਾਨ ਪਹੁੰਚਾਤਾ ਫਿਰ ਉਹ ਗਾਣੇ ਨੂੰ ਅਸੀਂ ਚੰਗਾ ਕਿਸ ਤਰ੍ਹਾਂ ਕਹਿ ਸਕਦੇ ਕੀ ਅਗਰ ਗਾਇਕ ਇਸ ਤਰ੍ਹਾਂ ਡਿਵੀਜ਼ਨ ਕਰਨ ਲੱਗੇ ਸਾਡੀ ਨੌਜਵਾਨੀ ਦੀ ਫਿਰ ਆਪਾਂ ਕਿਹੜਾ ਆਪਾਂ ਇਹ ਕਹਿ ਸਕਦੇ ਆ ਕਿ ਵੀ ਉਹ ਸਹੀ ਨਹੀਂ ਪੁਰਾਣੇ ਕਲਾਕਾਰ ਨਹੀਂ ਉਹ ਸਾਰੇ ਬੈਟਰ ਨਹੀਂ ਕਿਉਂਕਿ ਉਹ ਲੋਕਾਂ ਦੇ ਨਾਲ ਨਾ ਜੁੜ ਕੇ ਕੰਮ ਕਰਦੇ ਸੀ ਉਹਨਾਂ ਨੂੰ ਕਿਤੇ ਵੀ ਜਾਣ ਦੇ ਸਾਨੂੰ ਉਹਨਾਂ ਨੂੰ ਬਾਡੀਗਾਰਡ ਨਹੀਂ ਰੱਖਣੇ ਪੈਂਦੇ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡੇ ਨਾਲ ਸੋਨੂੰ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਚੈਨਲ ਸਤਰੰਗ ਹਰ ਬਾਰ ਤੁਸੀਂ ਸਾਡੇ ਨਾਲ ਵੱਖ-ਵੱਖ ਵੀਡੀਓ ਦੇਖਦੇ ਰਹਿੰਦੇ ਹੋ ਤੇ ਕੋਈ ਨਾ ਕੋਈ ਸ਼ਖਸੀਅਤ ਨੂੰ ਮਿਲਦੇ ਰਹਿੰਦੇ ਨੇ ਤੇ ਅੱਜ ਸਾਡੇ ਨਾਲ ਇਦਾਂ ਦੀ ਸ਼ਖਸੀਅਤ ਮੌਜੂਦ ਹੈ ਜਿਹੜੇ ਪੰਜਾਬ ਦੇ ਹਾਲਾਤਾਂ ਬਾਰੇ ਤੇ ਪੰਜਾਬ ਦੇ ਸਿੰਗੜਾਂ ਬਾਰੇ ਤੇ ਬਹੁਤ ਸਾਰੇ ਅੱਜ ਦੇ ਜੋ ਉੱਭਰੇ ਕਲਾਕਾਰ ਨੇ ਔਰ ਪੁਰਾਣੇ ਸਿੰਗੜਾਂ ਬਾਰੇ ਕਾਫੀ ਨੌਲੇਜ ਰੱਖਦੇ ਨੇ ਸੋ ਸਾਡੇ ਨਾਲ ਸਤਨਾਮ ਸਿੰਘ ਜੀ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਨਾਮ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫਿਰ ਤੁਹਾਡੇ ਹੋਰ ਦੋਸਤੋ ਠੀਕ ਠਾਕ ਹੋ ਤੁਹਾਡੇ ਚੈਨਲ ਦੇ ਇਹ ਤੁਹਾਡਾ ਧੰਨਵਾਦ ਆ ਕਿ ਤੁਸੀਂ ਸਾਡੇ ਵਿਚਾਰ ਲੈ ਰਹੇ ਹੋ ਇਸ ਦੇ ਵਿੱਚ ਇਸ ਵਿਸ਼ੇ ਵਿੱਚ ਥੈਂਕ ਯੂ ਅੱਛਾ ਸਤਰਾਮ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਇਹ ਦੱਸੋ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਨੇ ਵੱਡੇ ਵੱਡੇ ਸਟਾਰ ਯਾਨੀ ਜਨਤਾ ਦੇ ਵਿੱਚ ਵਿਚਰ ਰਹੇ ਨੇ ਉਹ ਵੀ ਹੱਥ ਜੋੜ ਕੇ ਉਹਨਾਂ ਪਰ ਕੀ ਕਹੋਗੇ ਹਾਂ ਭਰਾ ਇਹ ਚੋਣਾਂ ਵਾਲੇ ਜਿਹੜੇ ਮਸਲੇ ਨੇ ਚੋਣਾ ਇੱਕ ਦਿਖਾਵਾ ਹੋ ਕੇ ਰਹਿ ਗਿਆ ਨੇ ਅੱਜ ਦੇ ਲੋਕਤੰਤਰ ਦੇ ਵਿੱਚ ਜੋ ਵੀ ਅਸੀਂ ਦੇਖਦੇ ਆਂ ਪੰਜਾਬ ਲੈਵਲ ਦੇ ਉੱਤੇ ਦੇਖੀਏ ਜਾਂ ਸਾਡੇ ਦੇਸ਼ ਦੇ ਲੈਵਲ ਦੇ ਉੱਤੇ ਦੇਖੀਏ ਤਾਂ ਇਹ ਜਿਹੜੇ ਹੱਥ ਜੁੜ ਰਹੇ ਨੇ ਸਿਰਫ ਚੋਣਾਂ ਵੇਲੇ ਜੁੜਦੇ ਆ ਉਸ ਤੋਂ ਬਾਅਦ ਤਾਂ ਹੱਥ ਛਡਾਏ ਜਾਂਦੇ ਨੇ ਠੀਕ ਹੈ ਤੇ ਇੱਕ ਪਾਸੇ ਲੰਘਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਗਰ ਆਪਾਂ ਇਸ ਦੈਰੇ ਨੂੰ ਦੇਖੀਏ ਚਲੋ ਆਪਾਂ ਹੁਣ ਕਲਚਰ ਦੇ ਬੇਸ ਦੇ ਉੱਤੇ ਤੂੰ ਤੁਹਾਡੇ ਨਾਲ ਗੱਲ ਕਰ ਰਹੇ ਆ ਨਾ ਅਗਰ ਪੰਜਾਬੀ ਸੱਭਿਆਚਾਰ ਨੂੰ ਦੇਖੀਏ ਕਲਚਰ ਨੂੰ ਦੇਖੀਏ ਤਾਂ ਇਹ ਜਿਹੜਾ ਪੰਜਾਬੀ ਕਲਚਰ ਦੇ ਕਲਾਕਾਰ ਨੇ ਉਹ ਅੱਜ ਇਹ ਵੀ ਦੇਖ ਰਹੇ ਨੇ ਉਹ ਵੀ ਚੋਣਾਂ ਦੇ ਵਿੱਚ ਪਾਰਟਿਸਪੇਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਆ ਚੂਣਾ ਦਾ ਮਤਲਬ ਸਿਰਫ ਪਾਵਰ ਇਕੱਠੀ ਕਰਨਾ ਹੋ ਗਿਆ ਚੂਣਾ ਦਾ ਮਤਲਬ ਸੇਵਾ ਨਹੀਂ ਰਹਿ ਗਿਆ ਜਿਹੜੀ ਲੋਕਤੰਤਰ ਆ ਲੋਕਤੰਤਰ ਲੋਕਾਂ ਦਾ ਲੋਕਾਂ ਲਈ ਲੋਕਾਂ ਦੁਆਰਾ ਸ਼ਾਸਨ ਕਿਹਾ ਗਿਆ ਸੀ ਕਿਸੇ ਵੇਲੇ ਇਬਰਾਹਿਮ ਲਿੰਕਨ ਦੁਆਰਾ ਪਰੰਤੂ ਇਹ ਗੱਲ ਨਾ ਬਿਲਕੁਲ ਝੂਠ ਸਾਬਤ ਹੋ ਗਈ ਔਰ ਲੋਕਤੰਤਰਿਕ ਪਖੰਡਰ ਦਿਖਾਵਾ ਬਣ ਕੇ ਰਹਿ ਗਿਆ ਹੈ ਅੱਜ ਕੱਲ ਜਿਸ ਤਰ੍ਹਾਂ ਗਾਇਕੀ ਨੂੰ ਲੈ ਕੇ ਦੇਖੀਏ ਹਰੇਕ ਸਿੰਗਰ ਆ ਜਾਂ ਕੋਈ ਵੀ ਕਲਾਕਾਰ ਆ ਉਹ ਪਾਰਟਿਸਪੇਟ ਕਰ ਰਿਹਾ ਆਪਣੇ ਚੋਣਾਂ ਦੇ ਵਿੱਚ ਤਾਂ ਉਹਦਾ ਮਕਸਦ ਇਹ ਆ ਕਿ ਉਹ ਆਪਣੀ ਪ੍ਰਸਿੱਧੀ ਦੇਣਾ ਚਾਹ ਰਿਹਾ ਅਗਰ ਲੋਕ ਉਹਨੂੰ ਕਿਸੇ ਵੀ ਤਰ੍ਹਾਂ ਸਫਲਤਾ ਕਲਾਕਾਰੀ ਦੇ ਖੇਤਰ ਵਿੱਚ ਨਹੀਂ ਮਿਲਦੀ ਉਹ ਕੋਸ਼ਿਸ਼ ਕਰ ਰਿਹਾ ਵੀ ਕਿਸੇ ਵੀ ਦੂਜੇ ਤਰੀਕੇ ਦੇ ਨਾਲ ਜਿਹੜੀ ਸਫਲਤਾ ਉਹਨੂੰ ਮੈਂ ਗੇਨ ਕਰ ਸਕਾਂ ਤੇ ਇਸੇ ਚੀਜ਼ ਨੂੰ ਲੈ ਕੇ ਉਹ ਉਹਦੇ ਨਾਲ ਚਾਹੇ ਉਹਦੀ ਕਲਾਕਾਰੀ ਨਹੀਂ ਸਾਡੇ ਦੇਸ਼ ਦੇ ਸੱਭਿਆਚਾਰ ਦਾ ਸਾਡੇ ਪੰਜਾਬ ਦੇ ਸੱਭਿਆਚਾਰ ਦਾ ਬੀਸਿਕਲੀ ਮੈਂ ਕਹੂੰਗਾ ਉਹ ਚਾਹੇ ਕਾਹਨੋਂ ਦਾ ਹੋਵੇ ਸਾਡੇ ਕਲਚਰ ਨੂੰ ਚਾਹੇ ਉਹ ਮਿਸਲੀਡ ਕਰ ਰਿਹਾ ਹੋਵੇ ਠੀਕ ਆ ਚਾਹੇ ਸਾਡੀ ਨੌਜਵਾਨੀ ਨੂੰ ਕਿਸੇ ਹੋਰ ਸੇਧ ਵਿੱਚ ਲੈ ਕੇ ਜਾ ਰਿਹਾ ਹੋਵੇ ਗਲਤ ਸੇਧ ਦੇ ਰਿਹਾ ਹੋਵੇ ਪਰੰਤੂ ਅੱਜ ਕੱਲ ਇਹ ਦੇਖਿਆ ਜਾ ਰਿਹਾ ਕਿ ਲੋਕ ਉਸੇ ਚੀਜ਼ ਨੂੰ ਪ੍ਰਮੋਟ ਕਰ ਰਿਹਾ ਉਸੇ ਚੀਜ਼ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਅੱਜ ਦੇ ਦੌਰ ਦੇ ਵਿੱਚ ਜੇ ਦੇਖਿਆ ਜਾਵੇ ਲੋਕ ਵੀ ਤਾਂ ਫਿਰ ਉਹਨਾਂ ਨੂੰ ਇਹ ਵੋਟਾਂ ਪਾਉਂਦੇ ਜਿਹੜੇ ਚਮਕਦੇ ਸtare ਨੇ ਹੁਣ ਤੁਸੀਂ ਦੇਖ ਲਓ ਹਾਂਸ ਰਾਜ ਹਾਂਸ ਜੀ ਆਪਣਾ ਕਰਮਜੀਤ ਅਨਮੋਲ ਜੀ ਉਹ ਵੀ ਯਾਨੀ ਫਰੀਦਕੋਟ ਤੋਂ ਖੜੇ ਨੇ ਤੇ ਕੰਗਣਾ ਲਣਾਉ ਤੋਂ ਉਹ ਖੜੇ ਨੇ ਯਾਨੀ ਬਾਲੀਵੁੱਡ ਦੀ ਐਕਟਰ ਯਾਨੀ ਲੋਕ ਉਹਨਾਂ ਦੇ ਚਿਹਰਿਆਂ ਨੂੰ ਦੇਖ ਕੇ ਵੋਟਾਂ ਪਾ ਰਹੇ ਨੇ ਤੁਹਾਨੂੰ ਕੀ ਲੱਗਦਾ ਫਿਰ ਲੋਕ ਯਾਨੀ ਫਿਰ ਸਮਝਦਾਰ ਹਨ ਕਈ ਜਿਹੜੇ ਇਹ ਨਹੀਂ ਦੇਖਦੇ ਹੈਗੇ ਜਾਂ ਮੂਰਖ ਨੇ ਜਿਹੜੇ ਇਹ ਨਹੀਂ ਦੇਖਦੇ ਹੈਗੇ ਕਿ ਯਾਰ ਅੱਗੇ ਕੌਣ ਪਹਚਾਏਗਾ ਕਿਉਂਕਿ ਹੁਣ ਗੁਰਦਾਸਪੁਰ ਦੇ ਵਿੱਚ ਗੁਰਦਾਸ ਕੀ ਨਾ ਸੌਰੀ ਸਨੀ ਦਿ올 ਜੀ ਵੀ ਖੜੇ ਸੀ ਹੁਣ ਦੇਖ ਲਓ ਉੱਥੇ ਗੁਮਸ਼ੂਦਾ ਦੇ ਪੋਸਟਰ ਲੱਗ ਗਏ ਸੀ ਇਹ ਚੀਜ਼ਾਂ ਅਕਸਰ ਦੇਖਣ ਨੂੰ ਮਿਲਣਗੀਆਂ ਅੱਜ ਦੀ ਆਪਾਂ ਚੱਲੇ ਚੋਣਾਂ ਦਾ ਹੁਣ ਮਾਹੌਲ ਫੇਰ ਬਣ ਗਿਆ ਹੈ ਔਰ ਇਹੀ ਗੁਮਸ਼ੂਦੀ ਦੇ ਜਿਹੜੇ ਪੋਸਟਰ ਨੇ ਤੁਸੀਂ ਫਿਰ ਦੇਖਿਓ ਜਿਹੜੇ ਅੱਜ ਨਵੇਂ ਬਣਨਗੇ ਉਹਨਾਂ ਲਈ ਵੀ ਇਹ ਗੁਮਸ਼ੂਦੀ ਦੇ ਪੋਸਟਰ ਲੱਗਣਗੇ ਇਹਦੇ ਪਿੱਛੇ ਇੱਕ ਵੱਡੀ ਵਜ੍ਹਾ ਇਹ ਹੈ ਕਿ ਤੁਸੀਂ ਜਦੋਂ ਵੀ ਕਿਸੇ ਵੋਟ ਪਾ ਕੇ ਚੁਣ ਰਹੇ ਹੋ ਕਿਸੇ ਨੂੰ ਵੀ ਕੀਕਾ ਕਿਸੇ ਨੇਤਾ ਨੂੰ ਚੁਣ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਨੂੰ ਕਿਸ ਬੇਸ ਤੇ ਚੁਣ ਰਹੇ ਹੋ ਤੁਸੀਂ ਇਹ ਨਹੀਂ ਦੇਖਦੇ ਉਹਦੇ ਵਿੱਚ ਕੀ ਹੋਰ ਐਲੀਜੀਬਿਲਿਟੀਜ਼ ਕੀ ਨੇ ਤੁਸੀਂ ਇਹ ਦੇਖ ਰਹੇ ਹੋ ਬੰਦਾ ਫੇਮਸ ਆ ਲੋਕਾਂ ਵਿੱਚ ਫਿਲਮ ਚਾਹੀਓ ਆਪਣੀ ਸਿੰਗਿੰਗ ਬੇਸ ਤੇ ਹੋਵੇ ਚਾਹੇ ਉਹ ਕਿਸੇ ਹੋਰ ਬੇਸ ਦੇ ਉਤੇ ਕਲਾਕਾਰ ਹੋਵੇ ਪਰੰਤੂ ਇਹ ਨਹੀਂ ਦੇਖਦੇ ਜਨਰਲ ਤੌਰ ਤੇ ਉਹਦਾ ਆਪਣਾ ਵਿਅਕਤੀਤਵ ਕਿਸ ਤਰ੍ਹਾਂ ਦਾ ਮਤਲਬ ਉਹਦਾ ਕੈਰੈਕਟਰ ਕਿਸ ਤਰ੍ਹਾਂ ਦਾ ਕੀ ਉਹ ਜਨਰਲੀ ਤੌਰ ਤੇ ਆਮ ਲੋਕਾਂ ਦੇ ਵਿੱਚ ਵਿਚਰਦਾ ਕੀ ਉਹਦੀ ਜਿਹੜੀ ਨੇਚਰ ਆ ਇਹ ਸੇਵਾ ਕਰਨ ਦੇ ਲੈਗ ਹੈਗੀ ਆ ਅਗਰ ਤੁਸੀਂ ਕਿਸੇ ਨੂੰ ਫੇਮਸ ਨ ਫੇਮਸ ਦਾ ਕੋਈ ਵੀ ਹੋ ਸਕਦਾ ਉਹਦੇ ਉਹਦੇ ਨਾਲ ਕਿਸੇ ਦੇ ਫੇਮਸ ਹੋਣ ਦੇ ਨਾਲ ਆਪਾਂ ਇਹ ਸਾਬਤ ਨਹੀਂ ਇਹ ਨਹੀਂ ਸਾਬਤ ਹੁੰਦਾ ਹੈਗਾ ਕਿ ਉਹ ਬੰਦਾ ਤੁਹਾਡੀ ਜਿਹੜੀ ਲੋਕ ਸੇਵਾ ਉਹ ਕਰੂਗਾ ਠੀਕ ਹੈ ਆਪਣਾ ਮੇਨ ਮਕਸਦ ਆ ਚੋਣਾਂ ਦੇ ਵਿੱਚ ਨੇਤਾ ਚੁਣਨਾ ਮੇਨ ਮਕਸਦ ਇਹ ਆ ਕਿ ਉਹ ਸਾਨੂੰ ਲੀਡ ਕਰਨਗੇ ਠੀਕ ਹੈ ਸਾਡੀਆਂ ਜਿਹੜੀਆਂ ਡਿਮਾਂਡਸ ਨੇ ਉਹਨਾਂ ਨੂੰ ਸਰਕਾਰ ਦੇ ਵਿੱਚ ਜਾਂ ਸੰਸਦ ਦੇ ਵਿੱਚ ਕਹਾਂਗੇ ਉਹ ਲੈ ਕੇ ਜਾਣਗੇ ਠੀਕ ਹੈ ਉੱਥੇ ਉਹਨਾਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰਨਗੇ ਹੁਣ ਜਿਨ੍ਹਾਂ ਨੇ ਤੁਹਾਡੇ ਵਿੱਚ ਆਉਣਾ ਹੀ ਨਹੀਂ ਭਾਈ ਉਹਨਾਂ ਨੇ ਤੁਹਾਡੀਆਂ ਡਿਮਾਂਡ ਤੋਂ ਕੀ ਲੈਣਾ ਠੀਕ ਹੈ ਤੁਸੀਂ ਜਿਸ ਤਰ੍ਹਾਂ ਮਰਜ਼ੀ ਤੜਫੋ ਤੁਹਾਡੇ ਦਾ ਕੋਈ ਮਤਲਬ ਨਹੀਂ ਤੁਸੀਂ ਉਹਨਾਂ ਨੂੰ ਵੋਟ ਪਾ ਕੇ ਚੁਣਤਾ ਉਹਨਾਂ ਨੂੰ ਸੈਲਰੀ ਆ ਰਹੀ ਆ ਉਹਨਾਂ ਨੂੰ ਸਿਕਿਉਰਟੀ ਮਿਲ ਗਈ ਆ ਉਹ ਫੇਮਸ ਹੋ ਗਿਆ ਠੀਕ ਹੈ ਇਹ ਉਹਨਾਂ ਦਾ ਇਨਾ ਹੀ ਮਕਸਦ ਸੀਗਾ ਉਹ ਪੂਰਾ ਹੋ ਗਿਆ ਇਸ ਤੋਂ ਬਾਅਦ ਉਹਨਾਂ ਨੇ 5 ਸਾਲ ਬਾਅਦ ਆਉਣਗੇ ਠੀਕ ਹੈ ਪੰਜ ਸਾਲ ਬਾਅਦ ਫੇਰ ਆਉਣਗੇ ਜਾਂ ਨਹੀਂ ਵੀ ਆਉਣਗੇ ਜਿਸ ਤਰ੍ਹਾਂ ਮੈਂ ਖਾਂਸਰਾਜੀ ਦਾ ਵੀਡੀਓ ਇਹ ਦੇਖਿਆ ਸੀਗਾ ਤਾਂ ਉਹਦੇ ਵਿੱਚ ਉਹ ਕਹਿ ਰਿਹਾ ਵੀ ਤੁਸੀਂ ਲੋਕਾਂ ਵਿੱਚ ਵਿਚਰੋਗੇ ਮੇਰੇ ਖਿਆਲੋਂ ਉਹ ਭਾਜਪਾ ਵੱਲੋਂ ਬਣਿਆ ਮੈਨੂੰ ਲੱਗਦਾ ਜਿਸ ਤੱਕ ਤੇ ਉਹ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਇਹ ਸਵਾਲ ਤਾਂ ਉਹਨਾਂ ਨੇ ਕਹਿੰਦੇ ਵੀ ਮੈਂ ਤਾਂ ਕੋਈ ਗੋਲ ਕਰਨਾ ਸੀ ਇੱਕ ਵਾਰ ਕਰਤਾ ਹੁਣ ਕਿਹਨੇ ਚੋਣਾ ਜਗੜਨਾ ਪਰ ਇਹ ਜੇ ਨੇਤਾਵਾਂ ਨੂੰ ਲੈ ਕੇ ਇਹ ਜੇ ਕਲਾਕਾਰਾਂ ਨੂੰ ਲੈ ਕੇ ਤੁਸੀਂ ਕਿੱਥੇ ਜਾਏਂਗੇ ਸਾਡਾ ਲੋਕਤੰਤਰ ਇਹ ਜੇ ਕਲਾਕਾਰਾਂ ਤੋਂ ਕੀ ਲਊਗਾ ਕੀ ਸੇਧ ਲਊਗਾ ਕੀ ਉਹ ਅੱਗੇ ਲੈ ਕੇ ਜਾਣਗੇ ਨੌਜਵਾਨੀ ਨੂੰ ਤੇ ਸਾਡੇ ਦੇਸ਼ ਨੂੰ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਨਾਮਜ਼ਦਗੀ ਫਾਰਮ ਭਰੇ ਗਏ ਸੀ ਹੁਣ ਕਰਮਜੀਤ ਅਨਮੋਲ ਦੇ ਨਾਲ ਵੱਡੇ ਵੱਡੇ ਸਟਾਰ ਆਏ ਹੋਏ ਸੀ ਫਰੀਦਕੋਟ ਦੇ ਵਿੱਚ ਹੁਣ ਦੇਖਿਆ ਜੀ ਆਪਾਂ ਵੀਡੀਓ ਕਾਫੀ ਵਾਇਰਲ ਹੋਈ ਸੀ ਯਾਨੀ ਬੀਨੂ ਢਿੱਲੋ ਤੇ ਹੋਰ ਗਿੱਪੀ ਗਰੇਵਾਲ ਤੇ ਹੋਰ ਵੱਡੇ ਵੱਡੇ ਸਟਾਰੇ ਉੱਥੇ ਪਹੁੰਚੇ ਹੋਏ ਸੀ ਪਰ ਜਿਹੜੇ ਕਦੇ ਕਿਸੇ ਦੇ ਨਾਲ ਸੈਲਫੀਆਂ ਖਿਚਾਉਂਦੇ ਹੋਏ ਨਹੀਂ ਦਿਖਦੇ ਹੈਗੇ ਜਾਂ ਜਿਹੜੇ ਜ਼ਿਆਦਾ ਜਨਤਾ ਦੇ ਵਿੱਚ ਨਹੀਂ ਵਿਚਰਦੇ ਹੈਗੇ ਉਹ ਵੀ ਜਨਤਾ ਦੇ ਨਾਲ ਹੱਥ ਜੋੜਦੇ ਹੋਏ ਹੱਥ ਮਿਲਾਉਂਦੇ ਹੋਏ ਨਜ਼ਰ ਆ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਕਿਉਂਕਿ ਆਮ ਜਨਤਾ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਕਿ ਕਿੰਨੇ ਕਿੰਨੇ ਬੌਂਸਰ ਰੱਖਣੇ ਦਿਖਾਈ ਦਿੰਦੇ ਸੀ ਉਹਨਾਂ ਦੇ ਨਾਲ ਪਰ ਹੁਣ ਕੋਈ ਬੌਂਸਰ ਨਹੀਂ ਕੋਈ ਪਰ ਹੁਣ ਜਨਤਾ ਦੇ ਨਾਲ ਆਮ ਮਿਲ ਰਹੇ ਨੇ ਹਾਂ ਇਹ ਇੱਕ ਅਗਰ ਦੇਖਿਆ ਜਾਵੇ ਜਨਤਾ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਇੱਕ ਬੰਦਾ ਇੱਕ ਟਾਈਮ ਦੇ ਉੱਤੇ ਸਾਡੇ ਤੋਂ ਬਹੁਤ ਦੂਰ ਰਹਿ ਰਿਹਾ ਠੀਕ ਆ ਸਾਡੇ ਸਾਡੇ ਨੇੜੇ ਆਉਣ ਨੂੰ ਵੀ ਉਹ ਤੇ ਚੰਗਾ ਨਹੀਂ ਮੰਨਿਆ ਜਾ ਰਿਹਾ ਤਾਂ ਔਰ ਉਸੇ ਵਕ ਉਹੀ ਬੰਦਾ ਤੁਹਾਡੇ ਕੋਲ ਸੇਮ ਆ ਕੇ ਇਹ ਕਹਿ ਰਿਹਾ ਤੁਹਾਡੇ ਨਾਲ ਹੱਥ ਮਿਲਾ ਰਿਹਾ ਠੀਕ ਆ ਤੁਹਾਡੇ ਨਾਲ ਮਤਲਬ ਕਿ ਫੈਮਿਲੀਅਰ ਹੋਣ ਦੀ ਕੋਸ਼ਿਸ਼ ਕਰ ਰਿਹਾ ਤੁਹਾਡੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਸੁਣਨ ਦੀ ਕੋਸ਼ਿਸ਼ ਕਰ ਰਿਹਾ ਤਾਂ ਜਨਤਾ ਨੂੰ ਇਹ ਸਿੱਖਣਾ ਚਾਹੀਦਾ ਕਿ ਇਹ ਬੰਦੇ ਦਾ ਬਿਹੇਵੀਅਰ ਸਿਰਫ ਕੀ ਆ ਪਾਰਟ ਟਾਈਮ ਲਈ ਆ ਠੀਕ ਆ ਕੁਝ ਟਾਈਮ ਦੇ ਲਈ ਆ ਔਰ ਉਸ ਤੋਂ ਬਾਅਦ ਉਹ ਜਿਹੜਾ ਬਿਹੇਵੀਅਰ ਆ ਟੋਟਲੀ ਤਰ੍ਹਾਂ ਦੇ ਚੇਂਜ ਹੋ ਜਾਊਗਾ ਜਨਤਾ ਨੂੰ ਦਿਮਾਗ ਦੇ ਵਿੱਚ ਬੈਠਣਾ ਚਾਹੀਦਾ ਪਰੰਤੂ ਇੱਥੇ ਦੇਖਣ ਦੇ ਵਿੱਚ ਜਿਹੜੀਆਂ ਮੇਨ ਸਮੱਸਿਆ ਆ ਰਹੀ ਆ ਸਾਡੇ ਅਗਰ ਪੰਜਾਬ ਪੰਜਾਬ ਦੀ ਗੱਲ ਕਰੀਏ ਤਾਂ ਇਹ ਦੇਖਿਆ ਜਾਂਦਾ ਕਿ ਬੇਸ਼ੱਕ ਸਾਡਾ ਜਿਹੜਾ ਤੁਸੀਂ ਕਹਿ ਰਹੇ ਹੋ ਦੇਸ਼ ਆ ਜਾਂ ਸਾਡਾ ਜਿਹੜਾ ਪੰਜਾਬ ਆ ਉਹ ਪੜ੍ਹ ਲਿਖ ਰਿਹਾ ਪਰੰਤੂ ਉਹ ਪੜ੍ਹ ਲਿਖ ਨਹੀਂ ਰਿਹਾ ਜੋ ਚੀਜ਼ ਪੜ੍ਹੇ ਲਿਖੇ ਦਾ ਮਤਲਬ ਇਹ ਹੁੰਦਾ ਵੀ ਉਸਨੇ ਆਪਣੀ ਇਹ ਨਹੀਂ ਹੈਗਾ ਵੀ ਉਸਨੇ ਜੋਬ ਗੇਨ ਕਰ ਲਈ ਆ ਜਾਂ ਕੁਝ ਹੋਰ ਕਰ ਲਿਆ ਪਰੰਤੂ ਪੜ੍ਹੇ ਲਿਖੇ ਦਾ ਮਤਲਬ ਆ ਵੀ ਉਹਨੇ ਆਪਣੀ ਜਿਹੜੀ ਸਮਾਜਿਕ ਜ਼ਿੰਦਗੀ ਆ ਰਾਜਨੀਤਿਕ ਜ਼ਿੰਦਗੀ ਆ ਉਹਦੇ ਵਿੱਚ ਕੀ ਤਬਦੀਲੀ ਲਿਆਉਂਦੀ ਆ ਕਿ ਇਹ ਉਹਦੀ ਸੋਚ ਡਵੈਲਪ ਹੋਈ ਹੈ ਕਿ ਉਹ ਉਸ ਲੈਵਲ ਤੇ ਸੋਚਣ ਲੱਗ ਗਿਆ ਜਿਸ ਲੈਵਲ ਦੀ ਉਹਨੇ ਐਜੂਕੇਸ਼ਨ ਗੇਨ ਕਰੀ ਹੈ ਉਹ ਸਭ ਕੁਝ ਖਤਮ ਹੋ ਗਿਆ ਔਰ ਇਹਦੇ ਵਿੱਚ ਮੈਂ ਇਹ ਵੀ ਕਹੂੰਗਾ ਕਿ ਇਹ ਜੀ ਫੀਲਡ ਦੇ ਵਿੱਚ ਸਾਡੇ ਜਿਹੜੇ ਗਾਇਕ ਨੇ ਸਾਡਾ ਜਿਹੜਾ ਕਲਚਰ ਆ ਜਿਹਨੂੰ ਆਪਾਂ ਸੱਭਿਆਚਾਰਕ ਕਲਚਰ ਕਹਿੰਦੇ ਆ ਜਿਹੜੀ ਕਹਿ ਕੇ ਜਿਹਦੇ ਵਿੱਚ ਖਾਸ ਤੌਰ ਤੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸਾਡੀ ਨੌਜਵਾਨੀ ਨੂੰ ਪੁੱਠੇ ਰਸਤੇ ਪਾਉਣ ਦੇ ਉੱਤੇ ਜਿੱਦਾਂ ਮਾਨਯੋਗ ਸੀਐਮ ਸਾਹਿਬ ਅੱਜ ਮਾਨ ਸਾਹਿਬ ਨੇ ਉਹ ਵੀ ਇੱਕ ਐਂਟਰਟੇਨਮੈਂਟ ਉਸ ਤੋਂ ਇੰਡਸਟਰੀ ਤੋਂ ਨਿਕਲ ਕੇ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਉਹ ਕੰਮ ਵਧੀਆ ਨਹੀਂ ਕਰ ਰਹੇ ਹੈ ਜਿਵੇਂ ਆਪਾਂ ਮੰਨਦੇ ਆ ਮਾਨਜੋਗ ਸੀਐਮ ਸਾਹਿਬ ਨੇ ਉਹ ਇਹਦੇ ਵਿੱਚੋਂ ਆਪਣੇ ਨਿਕਲ ਗਏ ਆ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਠੀਕ ਆ ਉਹ ਵੀ ਕਲਚਰ ਐਕਟੀਵਿਟੀਜ਼ ਨਾਲ ਰਿਲੇਟਡ ਸੀਗੇ ਹਨ ਤੇ ਪਰ ਉਹਦੇ ਵਿੱਚ ਦੇਖਣ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਤੁਸੀਂ ਹਰੇਕ ਮੰਦੀ ਸੋਚ ਲੈਦਾ ਹੁੰਦੀ ਆ ਹਰੇਕ ਹਰੇਕ ਫੀਲਡ ਦੇ ਉੱਤੇ ਜਾ ਕੇ ਉਹਦੀ ਜਿਹੜੀ ਸੋਚ ਆ ਉਹ ਇੱਕ ਡਿਫਰੈਂਟ ਹੋ ਜਾਂਦੀ ਆ ਪਰੰਤੂ ਜੇ ਦੇਖਿਆ ਜਾਵੇ ਕਿ ਹਰੇਕ ਜਿਹੜੀ ਜਿਹੜੀ ਐਜੂਕੇਸ਼ਨ ਆ ਕਿਸੇ ਕਿਤੇ ਵੀ ਦੇਖਿਓ ਤੁਸੀਂ ਕਿਸੇ ਵੀ ਫੀਲਡ ਵਿੱਚ ਦੇਖਿਓ ਜਿਹੜੀ ਐਜੂਕੇਟ ਬੰਦਾ ਉਹ ਇੱਕ ਵੱਖਰੇ ਲੈਵਲ ਦੀ ਗੱਲ ਕਰੂਗਾ ਠੀਕ ਹੈ ਬੇਸ਼ੱਕ ਕੋਈ ਫੀਲਡ ਉਹਦਾ ਕੋਈ ਵੀ ਹੋਵੇ ਪਰੰਤੂ ਸਭ ਤੋਂ ਮੇਨ ਮੁੱਦਾ ਇਹ ਹੈ ਅਭੀ ਉਹ ਐਜੂਕੇਟ ਹੋਣਾ ਜ਼ਰੂਰੀ ਹੈ ਅਗਰ ਉਹ ਐਜੂਕੇਟ ਨਹੀਂ ਹੈਗਾ ਤਾਂ ਉਸ ਲੈਵਲ ਦੀ ਗੱਲ ਨਹੀਂ ਕਰੂਗਾ ਹੁਣ ਡਾਕਟਰ ਬੀ ਆਰ ਅੰਬੈਡਕਰ ਸੀ ਉਹਨਾਂ ਨੇ ਜਿਸ ਲੈਵਲ ਦੇ ਉੱਤੇ ਸਾਡਾ ਜਿਹੜੇ ਦੇਸ਼ ਦਾ ਸੰਵਿਧਾਨ ਸੀਗਾ ਠੀਕ ਹੈ ਜਿਹਦੇ ਵਿੱਚ ਹੁਣ ਬਹੁਤ ਸਾਰੀਆਂ ਚੇਂਜਸ ਕਰਕੇ ਉਹਨਾਂ ਨੇ ਪੂਰਾ ਨਕਸ਼ਾ ਬਦਲਿਆ ਪਿਆ ਉਹ ਦੇਸ਼ ਦਾ ਜਿਹੜਾ ਸੰਵਿਧਾਨ ਸੀਗਾ ਉਹ ਉਸ ਵਕਤ ਲਿਖ ਕੇ ਦਿੱਤਾ ਸੀ ਜਿਹੜਾ ਕਿ ਅਗਰ ਆਪਾਂ ਉਹਨੂੰ ਪੂਰੀ ਤਰ੍ਹਾਂ ਦੇ ਫੋਲੋ ਕਰਦੇ ਤਾਂ ਲੋਕਤੰਤਰ ਨੂੰ ਪੂਰੀ ਤਰ੍ਹਾਂ ਤੇ ਸਥਾਪਤ ਕਰਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ ਸੀ ਠੀਕ ਹੈ ਪਰੰਤੂ ਮੁਸ਼ਕਲ ਕਿੱਥੇ ਆਈ ਕਿਉਂਕਿ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ ਠੀਕ ਹੈ ਤਬਦੀਲੀਆਂ ਕਰ ਦਿੱਤੀਆਂ ਗਈਆਂ ਨੇ ਤੇ ਅਗਰ ਆਪਾਂ ਇਹ ਦੇਖੀਏ ਕਿ ਇੱਕ ਬੰਦਾ ਜਿਸ ਨੇ ਹਾਈ ਲੈਵਲ ਦੀ এডੂਕੇਸ਼ਨ ਐਨੀ ਵਰਲਡ ਲੈਵਲ ਦੇ ਉੱਤੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਬੰਦੇ ਨੇ ਤੁਹਾਨੂੰ ਗਾਈਡ ਕੀਤਾ ਹੋਵੇ ਔਰ ਤੁਸੀਂ ਉਹਦੀ ਗਾਈਡੈਂਸ ਦੇ ਵਿੱਚ ਹੀ ਕਮੀਆਂ نکال ਕੇ ਤੁਸੀਂ ਉਹਨੂੰ ਮਿਸਗਾਈਡ ਕਰ ਰਹੇ ਹੋ ਠੀਕ ਹੈ ਜੀ ਆਪਾਂ ਆਪਣੇ ਜਿਹੜਾ ਸੰਵਿਧਾਨ ਉਹਦੀ ਚਰਚਾ ਦਿੱਲੀ ਕਰ ਰਹੇ ਹਾਂ ਤਾਂ ਤੁਸੀਂ ਕੀ ਸਮਝਦੇ ਹੋ ਆਪਣੇ ਆਪ ਨੂੰ ਤੇ ਤੁਸੀਂ ਬਹੁਤ ਜ਼ਿਆਦਾ ਪੜੇ ਲਿਖੇ ਆ ਠੀਕ ਹੈ ਇਸੇ ਇਹੀ ਚੀਜ਼ ਹੈ ਜਿਹੜੀ ਆਪਾਂ ਆਪਾਂ ਦੇਖੀਏ ਭਗਵੰਤ ਮਾਨ ਸਾਹਿਬ ਦੇ ਉੱਤੇ ਲਾ ਕੇ ਦੇਖੀਏ ਕਿ ਜਦੋਂ ਐਜੂਕੇਸ਼ਨ ਆ ਤੁਸੀਂ ਇੱਕ ਕਲਚਰ ਐਕਟੀਵਿਟੀ ਦੇ ਨਾਲ ਜੁੜੇ ਹੋਏ ਬੰਦੇ ਹੋ ਠੀਕ ਹੈ ਤਾਂ ਇਹ ਨਹੀਂ ਹੈਗਾ ਵੀ 100% ਬੰਦਾ ਹਰੇਕ ਪਾਸਿਓਂ ਕੰਪਲੀਟ ਆ ਤੁਹਾਨੂੰ ਹੋਰ ਵੀ ਬਹੁਤ ਸਾਰੇ ਮਸਲੇ ਨੇ ਹੋਰ ਵੀ ਬਹੁਤ ਸਾਰੇ ਕੈਟਾਗਰੀਜ਼ ਨੇ ਐਸੀ ਕੈਟਾਗਰੀਜ਼ ਨੇ ਜਾਂ ਜਨਰਲ ਕੈਟਾਗਰੀ ਹੈ ਜਾਂ BC ਕੈਟਾਗਰੀ ਹੈ ਉਹਨਾਂ ਦੇ ਕੀ ਸਮੱਸਿਆਵਾਂ ਨੇ ਕੀ ਤੁਸੀਂ ਫੀਲਡ ਵਿੱਚ ਜਾ ਕੇ ਉਹਨਾਂ ਬੰਦਨਾਂ ਨਾਲ ਪਬਲਿਕੀ ਤੌਰ ਤੇ ਗੱਲ ਕਰਿਓ ਤੁਹਾਡੀ ਕੀ ਸਮੱਸਿਆ ਭਾਈ ਠੀਕ ਹੈ ਤੁਸੀਂ ਇੱਕ ਹੁਣ ਆਪਾਂ ਦੇਖੀਏ ਜਨਰਲੀ ਤੌਰ ਤੇ ਕੋਟੇ ਦੇ ਉੱਤੇ ਦੇਖੀਏ ਉਹ ਅਬਟੇਨ ਕਰਨੇ ਚਾਹੀਦੇ ਜੋਬ ਲੈਣ ਦੇ ਲਈ ਮਤਲਬ 45% ਮਾਰਕਸ ਰੱਖੇ ਹੋਏ ਸੀ ਕਿ ਪਰ ਉਹ ਇਹਨਾਂ ਨੇ ਆ ਕੇ ਗੱਲ ਕੀਤੀ ਜੀ 55% ਦੀ ਮਤਲਬ ਕਿ ਜਿਹੜੀ ਉਹ 55% ਦੇ ਨਾਲ ਤੁਸੀਂ ਅਪਲਾਈ ਕਰੋਗੇ ਠੀਕ ਹੈ ਔਰ 40% 45% ਜਿਹੜੇ ਮਾਰਕਸ ਸੀ ਉਹ ਕੱਟਦੇ ਇਹਨਾਂ ਨੇ ਅਗਰ ਉਸ ਚੀਜ਼ ਨੂੰ ਲਾ ਕੇ ਦੇਖੀਏ ਤਾਂ ਉਹਦਾ ਨੁਕਸਾਨ ਕਿਨਾਂ ਨੂੰ ਹੋਇਆ ਉਹਨਾਂ ਲੋਕਾਂ ਨੂੰ ਹੋਇਆ ਜਿਨ੍ਹਾਂ ਨੇ ਵਜ਼ੀਫੇ ਲੈ ਲੈ ਪੜੇ ਨੇ ਜਿਹੜੇ ਐਸਸੀ ਕੈਟਾਗਰੀ ਵਾਲੇ ਬੀਸੀ ਕੈਟਾਗਰੀ ਵਾਲੇ ਨੇ ਜਿਹੜੇ ਦਿਹਾੜੀ ਵੀ ਜਾਂਦੇ ਔਰ ਪੜ੍ਹਾਈ ਵੀ ਕਰਦੇ ਆ ਠੀਕ ਆ ਔਰ ਉਹ ਮਤਲਬ ਕਿ ਕਿੰਨੇ ਜ਼ਿਆਦਾ ਜਿਹੜੇ ਲੋਕ ਨੇ ਉਹ ਨੌਕਰੀ ਤੋਂ ਵਾਂਝੇ ਹੋ ਗਿਆ ਕੀ ਇਹ ਫੈਸਲਾ ਸਹੀ ਆ ਇਸ ਚੀਜ਼ ਨੂੰ ਲੈ ਕੇ ਵੀ ਦੇਖਣਾ ਚਾਹੀਦਾ ਅਗਰ ਤੁਸੀਂ ਨੀਵੇਂ ਦਰਜੇ ਨੂੰ ਥੱਲੇ ਰੱਖੇਗੇ ਉਹ ਨੀਵੇਂ ਦਰਜੇ ਦੇ ਲੋਕਾਂ ਨੂੰ ਥੱਲੇ ਹੀ ਰੱਖਣਾ ਹੈ ਔਰ ਉੱਚੇ ਦਰਜੇ ਲਈ ਹੀ ਸਿਰਫ ਆਪਣੇ ਜਿਹੜੇ ਨੀਤੀਆਂ ਨੇ ਉਹ ਬਣਾਉਣੀਆਂ ਨੇ ਫਿਰ ਤੁਹਾਨੂੰ ਰਾਜਨੀਤਿਕ ਨੇਤਾ ਬਣਾਉਣ ਦਾ ਕੀ ਫਾਇਦਾ ਹੋਇਆ ਫਿਰ ਤੁਹਾਨੂੰ ਦੂਜਿਆਂ ਨੂੰ ਛੱਡ ਕੇ ਵੋਟਾਂ ਪਾਉਣ ਦਾ ਕੀ ਫਾਇਦਾ ਹੋਇਆ ਫਿਰ ਨਵੀਂ ਪਾਰਟੀ ਦਾ ਕੀ ਫਾਇਦਾ ਹੋਇਆ ਭਗਵੰਤ ਮਾਨ ਵਾਲੇ ਮੈਂ ਇਹੀ ਕਹਿਣਾ ਤੁਸੀਂ ਤੁਹਾਨੂੰ ਅੱਜ ਦੇ ਦੌਰ ਦੇ ਵਿੱਚ ਕਿਹੜਾ ਕਲਾਕਾਰ ਜ਼ਿਆਦਾ ਪਸੰਦ ਹੈ ਕਿ ਜਿਹੜੇ ਨਾ ਜੀ ਦੇਖੋ ਸਤਿੰਦਰ ਸਰਤਾਜ ਜੀ ਨੇ ਠੀਕ ਹੈ ਉਹ ਕਿ ਸੂਫੀ ਕਲਾਕਾਰ ਸਤਿੰਦਰ ਸਰਤਾਜ ਜੀ ਅਗਰ ਉਹਨਾਂ ਨੂੰ ਦੇਖਿਆ ਜਾਪੋਣ ਦੀ ਫਿਲਮਾਂਸ ਦੇਖੋ ਮੈਂ ਕਹਿੰਦੀ ਉਹਨਾਂ ਦੀ ਗਾਇਕੀ ਨਹੀਂ کہہ ਰਿਹਾ ਉਹਨਾਂ ਦੀ ਕਲਮ ਦੇਖੋ ਉਹਨਾਂ ਦੀ ਫਿਲਮ ਦੇਖੋ ਠੀਕ ਹੈ ਉਹ ਕਿਸਤ ਮੁੱਦੇ ਦੇ ਉੱਤੇ ਫਿਲਮਜ਼ ਬਣਾ ਰਹੇ ਨੇ ਕਿਸ ਤਰ੍ਹਾਂ ਦੀ ਉਹ ਕਲਮਾ ਅਗਰ ਉਸ ਤਰ੍ਹਾਂ ਦੀ ਕਲਮ ਚੱਲ ਰਹੀ ਆ ਠੀਕ ਆ ਤਾਂ ਅਗਰ ਸਾਰੇ ਹੀ ਉਸ ਤਰ੍ਹਾਂ ਦੀ ਸੋਚ ਲੈ ਕੇ ਲਿਖ ਰਹੇ ਆ ਮੈਨੂੰ ਨਹੀਂ ਲੱਗਦਾ ਹੈਗਾ ਵੀ ਜਿਹੜਾ ਸਮਾਜ ਆ ਸਾਡਾ ਉਹ ਸੁਚਾਰੂ ਨਹੀਂ ਹੋ ਸਕਦਾ ਮੈਨੂੰ ਨਹੀਂ ਲੱਗਦਾ ਵੀ ਸਮਾਜ ਵਧੀਆ ਨਹੀਂ ਹੋ ਸਕਦਾ ਮੈਨੂੰ ਨਹੀਂ ਲੱਗਦਾ ਵੀ ਸਮਾਜ ਵਧੀਆ ਬਦਲ ਨਹੀਂ ਸਕਦਾ ਠੀਕ ਆ ਸਭ ਕੁਝ ਹੋ ਸਕਦਾ ਹੈ ਪਰੰਤੂ ਗੱਲ ਕੀ ਆ ਵੀ ਤੁਸੀਂ ਦੇਖਣਾ ਜਿਹੜੀ ਕਲਮ ਚੱਕ ਲਈ ਆ ਕਲਮ ਔਰ ਤਲਵਾਰ ਦੋ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਲਿਖੋਗੇ ਇੱਕ ਤਲਵਾਰ ਉਹ ਫੱਟ ਕਰਦੀ ਆ ਉਹ ਫੱਟ ਭਰ ਜਾਂਦਾ ਪਰੰਤੂ ਅਗਰ ਕਲਮ ਕੋਈ ਫੱਟ ਕਰ ਦੇਵੇ ਤਾਂ ਪਰਦਾ ਨਹੀਂ ਹੈ ਛੇਤੀ ਠੀਕ ਹੈ ਇਸੇ ਤਰ੍ਹਾਂ ਅਗਰ ਉਹ ਹੀ ਕਲਮ ਆ ਉਹ ਸਮਾਜ ਨੂੰ ਸੇਧ ਦੇ ਦੇਊਗੀ ਠੀਕ ਹੈ ਸੇਧ ਇਹੋ ਜਿਹੀ ਦੇਊਗੀ ਜਿਹੜੀ ਤਲਵਾਰ ਨਹੀਂ ਦੇ ਸਕਦੀ ਜ਼ੋਰ ਜ਼ਬਰ ਦੇ ਨਾਲ ਜਿਹੜੀ ਚੀਜ਼ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਉਹਨੂੰ ਕਲਮ ਦੇ ਨਾਲ ਅਸੀਂ ਖਤਮ ਕਰ ਸਕਦੇ ਹਾਂ ਅੱਜ ਦੇ ਦੌਰ ਦੇ ਵਿੱਚ ਦੇਖਿਆ ਜਾਏ ਤਾਂ ਨੌਜਵਾਨ ਜਿਹੜੀ ਪੀੜ੍ਹੀ ਹੈ ਤੁਹਾਡੇ ਵਰਗੀ ਤਾਂ ਉਹ ਸਿਰਫ ਇਹੀ ਕਹਿੰਦੀ ਹੈ ਜਾਂ ਤਾਂ ਸਿੱਧੂ ਮੂਸੇਵਾਲਾ ਦਲਜੀਤ ਦੋਸਾਂਝ ਕਰਨ ਔਜਲਾ ਬੱਬੂ ਮਾਨ ਯਾਨੀ ਤੁਹਾਨੂੰ ਇਹਨਾਂ ਦੇ ਵਿੱਚੋਂ ਕਲਾਕਾਰ ਪਸੰਦ ਨਹੀਂ ਹੈ ਕੋਈ ਦੇਖੋ ਆਪਾਂ ਸਿੱਧੂ ਮੂਸੇਵਾਲੇ ਜੀ ਦੀ ਗੱਲ ਕਰਦੇ ਆ ਆਪਾਂ ਮੰਨਦੇ ਵੀ ਉਹਨਾਂ ਦੀ ਨੌਲੇਜ ਆ ਉਹਨਾਂ ਨੂੰ ਨੌਲੇਜ ਸੀ ਔਰ ਉੱਚੇ ਕਬੂਟੀ ਦੀ ਜਿਹੜੀ ਨੌਲੇਜ ਉਹਨਾਂ ਕੋਲ ਰੱਖਦੇ ਸੀਗੇ ਔਰ ਮੈਨੂੰ ਲੱਗਦਾ ਵੀ ਉਹਨਾਂ ਦੀ ਇਹ ਜਿਹੜੀ ਨੌਲੇਜ ਹੋਣ ਦੇ ਕਾਰਨ ਜਿਹੜਾ ਉਹਨਾਂ ਨੂੰ ਜਿਹੜਾ ਮਰਡਰ ਹੋਇਆ ਉਹਨਾਂ ਦਾ ਉਹਦੇ ਵਿੱਚ ਇਹ ਵੀ ਕਾਫੀ ਵੱਡਾ ਹੈ ਕਿ ਯੋਗਦਾਨ ਸਰਕਾਰਾਂ ਦਾ ਠੀਕ ਹੈ ਤੇ ਪਰੰਤੂ ਹੁਣ ਦੇਖਿਆ ਜਾਵੇ ਤਾਂ ਉਹਨਾਂ ਨੇ ਅਗਰ ਇੱਕ ਚੀਜ਼ ਨੂੰ ਸ਼ਾਂਤੀ ਨਾਲ ਤੁਸੀਂ ਸਮਝਾ ਸਕਦੇ ਹੋ ਠੀਕ ਆ ਤੁਹਾਨੂੰ ਜਿਹੜੇ ਸਿੱਖਿਆ ਹੈ ਜਾਂ ਪੈਨਾ ਕਾਪੀ ਹੈ ਉਹਦੇ ਨਾਲ ਤੁਸੀਂ ਤਬਦੀਲੀ ਕਰਨੀ ਹੈ ਹੌਲੀ ਹੌਲੀ ਹੋਰ ਸ਼ਾਂਤੀ ਨਾਲ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਨੇ ਤਲਵਾਰੇ ਚੁੱਕਣੀਆਂ ਠੀਕ ਆ ਅਗਰ ਤੁਸੀਂ ਸਮਾਜ ਨੂੰ ਸੇਧ ਦੇਣੀ ਹੈ ਤਾਂ ਸ਼ਾਂਤੀ ਨਾਲ ਵੀ ਦੇ ਸਕਦੇ ਹੋ ਅਗਰ ਤੁਸੀਂ ਸਮਾਜ ਨੂੰ ਇਸ ਤਰ੍ਹਾਂ ਦੇਣਗੇ ਵੀ ਚੱਕ ਲਓ ਬੰਦੂਖਾਂ ਠੀਕ ਆ ਚੱਕ ਲਓ ਹਥਿਆਰ ਇਹ ਮਾਰ ਦੋ ਉਹ ਮਾਰ ਦੋ ਕਿਸੇ ਨਾ ਕਿਸੇ ਬੰਦੇ ਦੇ ਦਿਮਾਗ ਦੇ ਵਿੱਚ ਹਾਈਪਰ ਹੋ ਜਾਂਦਾ ਬੰਦਾ ਬੇਸ਼ੱਕ ਉਹ ਬੰਦਾ ਖੁਦ ਗਲਤ ਹੋਵੇ ਫਰੋਂ ਤੋਂ ਹਾਈਪਰ ਹੋ ਗਏ ਕਿਸੇ ਨੇ ਕਿਸੇ ਦਾ ਨੁਕਸਾਨ ਕਰਤਾ ਜਿਸ ਨੂੰ ਸ਼ੂਟ ਕਰਤਾ ਉਹਨਾਂ ਦਾ ਗਾਣਾ ਸੁਣਦੇ ਆ ਗਾਣਾ ਇੱਕ ਜਿਹੜੀ ਆ ਕੋਈ ਵੀ ਕੋਈ ਤੁਸੀਂ ਗਾਣਾ ਸੁਣ ਰਹੇ ਹੋ ਤਾਂ ਉਹਦਾ ਮਤਲਬ ਇਹ ਨਹੀਂ ਵੀ ਗਾਣਾ ਸੁਣ ਲਿਆ ਖਤਮ ਹੋ ਗਿਆ ਕਲਾਕਾਰ ਇਹ ਹੀ ਕਹਿੰਦੇ ਅਕਸਰ ਰਹਿਣੋ ਤੈਨੂੰ ਗਾਣੇ ਤੱਕ ਸੀਮਿਤ ਰੱਖੋ ਔਰ ਗਾਣਾ ਸੁਣ ਲਿਆ ਔਰ ਖਤਮ ਹੋ ਗਿਆ ਤੁਹਾਨੂੰ ਇਹ ਨਹੀਂ ਪਤਾ ਵੀ ਤੁਸੀਂ ਬੰਦੇ ਦੀ ਲੋਕਾਂ ਦੀਆਂ ਫੀਲਿੰਗਸ ਨਾਲ ਜੁੜ ਜਾਂਦੇ ਆ ਬੰਦਾ ਤੁਹਾਡਾ ਗਾਣਾ ਸੁਣਦਾ ਹੋਇਆ ਆਪਣੀਆਂ ਦੁਸ਼ਮਣੀਆਂ ਯਾਦ ਕਰ ਰਿਹਾ ਮੇਰੀ ਦੁਸ਼ਮਣੀ ਕਿਹਦੇ ਨਾਲ ਜਦ ਕਿ ਉਹਨੂੰ ਇਹ ਯਾਦ ਕਰਨਾ ਚਾਹੀਦਾ ਮੇਰੀ ਦੋਸਤੀ ਕਿਹਦੇ ਨਾਲ ਠੀਕ ਆ ਮੈਨੂੰ ਪਿਆਰ ਕੌਣ ਕਰਦਾ ਕਲਾਕਾਰਾਂ ਨੇ ਗੀਤ ਤਾਂ तकरीबन तकरीबन ਸਾਰੇ ਨਹੀਂ ਹਥਿਆਰਾਂ ਦੇ ਗੀਤ ਗਾਇਨੇ ਬੱਬੂ ਮਾਨ ਜੀ ਨੇ ਵੀ ਗਾਇਨੇ ਸਿੱਧੂ ਮਸੇਵਾਲੇ ਨੇ ਵੀ ਗਾਇਨੇ ਕਰਨ ਯਾਨੀ तकरीबन ਸ ਬਹੁਤ سارے ਯਾਨੀ 75% ਲੋਕਾਂ ਨੇ ਗਾਇਨੇ ਉਸ ਸਮੇਂ ਸਿੱਧੂ ਮਸੇਵਾਲੇ ਤੇ ਪਰਚਾ ਵੀ ਹੋਇਆ ਹੈਨਾ ਹਥਿਆਰਾਂ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੇ ਪਿੱਛੇ ਯਾਨੀ ਜਿਹੜੇ ਹਥਿਆਰਾਂ ਵਾਲੇ ਗੀਤ ਹੈ ਜ਼ਿਆਦਾਤਰ ਸਭ ਤੋਂ ਜ਼ਿਆਦਾ ਕਿਸ ਦਾ ਉਹ ਹੋ ਸਕਦਾ ਹੈ ਕਿ ਨੁਕਸਾਨ ਹੋ ਸਕਦਾ ਹੈ ਕਿ ਜਿਹੜੇ ਨੇ ਸਮਾਜ ਦੇ ਵਿੱਚ ਇਦਾਂ ਦਾ ਜੋ ਜਿੱਦਾਂ ਕਹਿ ਦਿੰਦੇ ਆ ਕਿ ਜੋ ਅੱਜ ਪੰਜਾਬ ਦੇ ਵਿੱਚ ਚੱਲੇ ਰਿਹਾ ਸਾਰੀ ਦੇਖ ਰਹੇ ਨੇ ਹਾਂ ਦੇਖੋ ਮੈਂ ਇਸੇ ਚੀਜ਼ ਨੂੰ ਮੰਨਦਾ ਇੱਕ ਸਮਾਂ ਦੱਸ ਰਹੇ ਹਾਂ ਕਿ ਜਿਹੜਾ ਜਿਸ ਤਰ੍ਹਾਂ ਪਾ ਸਿੱਧੂ ਮੂਸੇ ਵਾਲਾ ਜੀ ਨੂੰ ਲਈਏ ਤਾਂ ਉਹਨਾਂ ਨੇ ਸਮਾਜ ਨੂੰ ਸੁਧਾਰਨ ਦੇ ਲਈ ਇੱਕ ਇੱਕ ਜਿਸ ਤਰ੍ਹਾਂ ਪਾ ਜਹਾੜੀ ਆਜ਼ਾਦੀ ਵੇਲੇ ਵੀ ਦੋ ਧੜੇ ਬਣੇ ਸੀ ਇੱਕ ਨਰਮ ਇੱਕ ਨਰਮ ਦਲ ਸੀਗਾ ਕਿ ਗਰਮ ਦਲ ਸੀਗਾ ਠੀਕ ਹੈ ਇਸੇ ਹਿਸਾਬ ਦੇ ਨਾਲ ਸਮਾਜ ਆ ਕਿਹੜਾ ਉਹਦੇ ਵਿੱਚ ਹਰ ਵਕਤ ਹੀ ਦੋ ਧੜੇ ਰਹਿੰਦੇ ਆ ਇੱਕ ਨਰਮ ਦਲ ਰਹਿੰਦਾ ਇੱਕ ਗਰਮ ਦਲ ਰਹਿੰਦਾ ਠੀਕ ਹੈ ਤੇ ਇਸੇ ਤਰ੍ਹਾਂ ਮੈਂ ਸਿੱਧੂ ਮੂਸੇ ਵਾਲਾ ਜੀ ਨੂੰ ਇਹ ਮੰਨੂਗਾ ਕਿ ਗਰਮ ਧੜੇ ਦੇ ਮੈਂਬਰ ਤੇ ਠੀਕ ਹੈ ਉਹਨਾਂ ਦੀ ਜਿੰਨੇ ਵੀ ਗਾਣੇ ਗਾਏ ਨੇ ਉਹ ਇੱਕ ਹਾਈ ਲੈਵਲ ਦੇ ਗਾਣੇ ਨੇ ਔਰ ਗਰਮ ਸੁਭਾਅ ਦੇ ਨੇ ਕਿਸੇ ਨੂੰ ਵੀ ਮਤਲਬ ਕਿ ਉਹ ਆਪਾਂ ਕਹਿ ਸਕੀਏ ਪੈਨੇ ਕਰ ਸਕਦੇ ਆ ਅਗਰ ਤੁਸੀਂ ਉਹਨਾਂ ਨੂੰ ਸੁਣੇਗੇ ਠੀਕ ਹੈ ਤੇ ਅਗਰ ਉਸੇ ਚੀਜ਼ ਨੂੰ ਤੁਸੀਂ ਨਰਮ 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 ਦਲ ਦੇ ਨਾਲ ਜਾਂ ਨਰਮ ਸੁਭਾਅ ਦੇ ਨਾਲ ਕਹੋਗੇ ਤਾਂ ਬੰਦਾ ਨਰਮਲ ਤੌਰ ਤੇ ਸਮਝੂਗਾ ਠੀਕ ਹੈ ਨਾ ਸੁਣੂਗਾ ਵੀ ਕੀ ਕਹਿ ਰਿਹਾ ਬੰਦਾ ਠੀਕ ਹੈ ਇਹ ਨਹੀਂ ਅਗਰ ਤੁਹਾਡੇ ਕੋਲ ਕਲਮ ਬਖਸ਼ੀ ਆ ਆ ਦਾ ਕਲਮ ਨੇ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਤੁਸੀਂ ਕਿ ਉਹ ਬੰਦਾ ਸੁਣ ਕੇ ਸ਼ਾਂਤ ਹੋਵੇ ਔਰ ਉਹਨੂੰ ਨੌਲੇਜ ਵੀ ਮਿਲਿਓ ਸ਼ਾਂਤ ਵੀ ਰਹੇ ਠੀਕ ਹੈ ਨਾ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੇ ਗਾਣੇ ਰਾਹੀਂ ਤੁਸੀਂ ਕਿਸੇ ਬੰਦੇ ਨੂੰ ਇਫੈਕਟਿਵ ਕਰ ਰਹੇ ਹੋ ਉਹ ਬੰਦਾ ਆਪਣੀ ਸਮਾਜ ਨੂੰ ਨੁਕਸਾਨ ਪਹੁੰਚਾ ਰਿਹਾ ਤੁਹਾਡੇ ਗਾਣੇ ਸੁਣ ਕੇ ਅਗਰ ਕਿਸੇ ਨੇ ਆਪਣੇ ਕਿਸੇ ਦਾ ਕਤਲ ਕਰਤਾ ਠੀਕ ਆ ਆਪਣੇ ਨੂੰ ਨੁਕਸਾਨ ਪਹੁੰਚਾਤਾ ਫਿਰ ਉਹ ਗਾਣੇ ਨੂੰ ਅਸੀਂ ਚੰਗਾ ਕਿਸ ਤਰ੍ਹਾਂ ਕਹਿ ਸਕਦੇ ਅੱਛਾ ਬੱਬੂ ਮਾਨ ਜੀ ਬਾਰੇ ਕੀ ਕਹੋਗੇ ਬੱਬੂ ਮਾਨ ਜੀ ਪਹਿਲਾਂ ਜਿਸ ਤਰ੍ਹਾਂ ਹਥਿਆਰਾਂ ਦੇ ਗੀਤ ਗਾਉਂਦੇ ਸੀ ਪਰ ਅੱਜ ਸਮਾਜ ਦੇ ਵਿੱਚ ਹਮੇਸ਼ਾ ਹੀ ਸ਼ੁਰੂ ਤੋਂ ਹੀ ਵੈਸੇ ਬੱਬੂ ਮਾਨ ਜੀ ਹਮੇਸ਼ਾ ਹੀ ਯਾਨੀ ਇਸ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਲਈ ਗਾਉਂਦੇ ਰਹਿੰਦੇ ਨੇ ਬੱਬੂ ਮਾਨ ਦੇਖੋ ਬਬੂ ਮਾਨ ਜੀ ਦੀ ਜਿਹੜੀ ਕਲਮ ਹੈ ਠੀਕ ਆ ਉਹ ਇੱਕ ਵਧੀਆ ਮੈਂ ਮੰਨਦਾ ਵੀ ਉਹ ਇੱਕ ਵਧੀਆ ਰਾਈਟਰ ਨੇ ਠੀਕ ਆ ਔਰ ਉਹਨਾਂ ਦੀ ਕਲਮ ਦੇ ਵਿੱਚ ਮੈਂ ਮੈਨੂੰ ਨਹੀਂ ਲੱਗਦਾ ਮੈਂ ਕਦੇ ਇੰਨੀ ਢ ਘਾਟ ਦੇਖੀ ਆ ਜਿੰਨੀ ਕਿ ਆਪਾਂ ਹੋਰ ਗਾਇਕਾਂ ਦੇ ਵਿੱਚ ਦੇਖਦੇ ਆ ਇੰਨੀ ਢ ਘਾਟ ਨਹੀਂ ਮੈਂ ਕਦੇ ਦੇਖੀ ਹੈਗੀ ਔਰ ਉਹਨਾਂ ਨੇ ਸਮਾਜ ਨੂੰ ਸੇਧ ਦੇਣ ਵਾਲੇ ਵੀ ਜਿਹੜੇ ਆ ਗਾਣੇ ਬਹੁਤ ਸਾਰੇ ਲਿਖਿਆ ਆਪਣੀ ਉਹਨਾਂ ਨੂੰ ਨੌਲੇਜ ਵੀ ਆ ਹਾਈ ਕੁਆਲਿਟੀ ਦੀ ਨੌਲੇਜ ਵੀ ਆ ਮੂਸਾ ਅਲਾਹ ਜ਼ਬ ਨੂੰ ਵੀ ਬਹੁਤ ਸਾਰੀ ਨੌਲੇਜ ਦੀ ਉਹਨਾਂ ਦੇ ਵਿੱਚ ਕੋਈ ਆਪਣਾ ਉਹ ਨਹੀਂ ਹੈਗਾ ਪਰ ਦੇਖਿਆ ਜਾਵੇ ਸਾਡੇ ਸਮਾਜ ਨੇ ਸਾਡੇ ਜਿਹੜੇ ਲੋਕ ਨੇ ਉਹਨਾਂ ਨੇ ਇੱਕ ਪੁੱਠਾ ਕੰਮ ਕੀ ਕਰਿਆ ਤੁਸੀਂ ਕੰਪੈਰੀਜ਼ਨ ਕਰਦੇ ਹੋ ਸਿੰਗਰਾਂ ਦੇ ਵਿੱਚ ਕੰਪੈਰੀਜ਼ਨ ਕੌਣ ਕਰਦੀ ਹੈ ਜੰਦਾ ਕਰਦੀ ਹੈ ਨਾ ਤੁਸੀਂ ਇੱਕ ਦੂਜੇ ਨੂੰ ਉਹਨਾਂ ਦੇ ਖਿਲਾਫ ਖੜਦੇ ਹੋ ਮੂਸੇ ਵਾਲਾ ਦਾ ਤੁਸੀਂ ਬੱਭੂ ਆਂ ਦੇ ਨਾਲ ਕੰਪੈਰੀਜ਼ਨ ਕਰੀ ਜਾਂਦੇ ਹੋ ਔਰ ਉਹਨਾਂ ਵਿੱਚ ਵੈਰ ਵਿਰੋਧ ਕਰਦੇ ਤੇ ਇਹ ਜਦੋਂ ਕਿ ਇਹ ਹੋਣਾ ਚਾਹੀਦਾ ਕਿ ਕਲਾ ਦੇ ਵਿੱਚ ਕਿਸੇ ਦਾ ਦੁਸ਼ਮਣੀ ਨਹੀਂ ਹੈ ਕਿ ਜਿਹੜੇ ਕਲਾਕਾਰੋਂ ਕਦੇ ਕਲਾਕਾਰ ਦਾ ਦੁਸ਼ਮਣ ਹੋ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਦੋਨਾਂ ਵਿੱਚ ਗੁਣ ਇੱਕੋ ਨੇ ਕੁਆਲਿਟੀਜ਼ ਇੱਕੋ ਨੇ ਠੀਕ ਹੈ ਫਿਰ ਤੁਸੀਂ ਕੁਆਲਿਟੀ ਦੀ ਬੇਸ ਤੇ ਕਿਵੇਂ ਤੁਸੀਂ ਉਹਨਾਂ ਨੂੰ ਅਲੱਗ ਕਰ ਸਕਦੇ ਹੋ ਪਰੰਤੂ ਇਹ ਸੋਚ ਲੈ ਕੇ ਅੱਜ ਦੀ ਜਿਹੜੀ 90% ਸਾਡੇ ਪੰਜਾਬ ਦੀ ਜਿਹੜੀ ਜਨਤਾ ਉਹ ਬੱਬੂਵਾਂ ਤੇ ਮੂਸੇਵਾਲਾ ਦੇ ਵਿੱਚ ਵੰਡੀ ਪਈ ਆ। ਅਗਰ ਤੁਹਾਡੀ ਨੌਜਵਾਨ ਪੀੜ੍ਹੀ ਨੂੰ ਦੇਖੋਗੇ ਤਾਂ 90% ਇਸੇ ਚੀਜ਼ ਦੇ ਉੱਤੇ ਡਿਵਾਈਡ ਹੋਈ ਪਈ ਆ। ਉਹ ਗੱਲ ਕਰਦੇ ਆ ਕਿ ਨੌਜ ਆਪਸ ਵਿੱਚ ਲੜਦੇ ਹੋਏ ਵੀ ਇਹ ਕਹਿੰਦੇ ਮੂਸੇਵਾਲਾ ਮੂਸੇਵਾਲਾ ਸਾਹਿਬ ਔਰ ਜਿਹੜੇ ਬੱਬੂਵਾਂ ਸਾਹਿਬ ਨੇ ਅਲੱਦਾ-ਅਲੱਦਾ ਧੜੇ ਬਣੇ ਹੋਏ ਨੇ। ਠੀਕ ਆ ਕੀ ਅਗਰ ਗਾਇਕ ਇਸ ਤਰ੍ਹਾਂ ਡਿਵੀਜ਼ਨ ਕਰਨ ਲੱਗੇ ਸਾਡੀ ਨੌਜਵਾਨੀ ਦੀ ਫਿਰ ਆਪਾਂ ਕਿਹੜਾ ਆਪਾਂ ਇਹ ਕਹਿ ਸਕਦੇ ਆ ਕਿ ਵੀ ਉਹ ਸਹੀ ਨੇ। ਫਿਰ ਆਪਾਂ ਸਿੰਗਰਾਂ ਨੂੰ ਸਹੀ ਕਹ ਨਹੀਂ ਕਰ ਸਕਦੇ ਕੋਈ ਵੀ ਬੰਦਾ ਨਹੀਂ ਕਹੂਗਾ ਵੀ ਇਹ ਤਾਂ ਗਲਤ ਆ ਭਾਈ ਜੇਰਾ ਬੰਡਣ ਹੀ ਲੱਗ ਗਿਆ ਉਹ ਸਹੀ ਕਿਵੇਂ ਹੋ ਜਾਊਗਾ ਸਾਡੇ ਕੰਮ ਤਾਂ ਜੋੜਨ ਠੀਕ ਹੈ ਇਹ ਵੇਸ ਹੈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਵੇ तमाम ਗੱਲਾਂ ਬਾਤਾਂ ਕੀਤੀਆਂ ਆਪਾਂ ਸਤਨਾਮ ਸਿੰਘ ਜੀ ਦੇ ਨਾਲ ਸੋ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਸ ਗੱਲਬਾਤ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਸੋ ਜਿਨ੍ਹਾਂ ਨੇ ਚੈਨਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲੈਣ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਬਿੱਟੂ ਰਾਣਾ ਦੇ ਨਾਲ ਸੋਨੂ ਜਾਸਲਾ ਦੀ ਰਿਪੋਰਟ ਚੰਡੀਗੜ੍ਹ